ਸੁਖਦੇਵ ਸਿੰਘ ਆ, ਇੱਕ ਮੇਰਾ ਭਤੀਜਾ ਸੀ ਤੇ ਇੱਕ ਮੇਰਾ ਭਣੇਵਾ ਸੀ। ਇਹਨਾਂ ਦੋਨੇ ਨਸ਼ਾ ਲਿਆ ਕਿਤੇ, ਪਤਾ ਨਹੀਂ ਕਿਹੜਾ ਲਿਆ ਵਾ, ਤੇ ਖਾ ਲਿਆ ਇਹਨਾਂ ਨੇ ਦੋਨੇ, ਤੇ ਇੱਕ ਤੇ ਮਰ ਗਿਆ ਵਾ ਤੇ ਦੂਜਾ ਮਰਨਾਹੂ ਪਿਆ ਵਾ। ਤੇ ਸਾਡੇ ਪੱਲੇ ਦੱਸੋ ਕੀ ਰਹਿ ਗਿਆ, ਘਰ ਉੱਜੜ ਗਿਆ ਸਾਡੇ ਤੇ। ਤੇ ਇਹਦੇ ਤੇ ਕੋਈ ਗੌਰਮੈਂਟ ਨੂੰ ਕੋਈ ਆਖਣਾ ਚਾਹੀਦਾ ਵੀ ਕੋਈ ਕਰਨਾ ਚਾਹੀਦਾ ਇਹਦੇ ਬਾਰੇ, ਵੀ ਜਿਹੜੇ ਨੌਜਵਾਨ ਮੁਫਤਾਂ ਇੰਨੀਆਂ ਹੋ ਜਾਂਦੀਆਂ ਵਾ, ਇਹਨਾਂ ਵਾਸਤੇ ਕੋਈ ਸੋਚਣਾ ਚਾਹੀਦਾ ਵਾ। ਹਾਂਜੀ, ਦੂਜੇ ਨੂੰ ਕਾਲ ਲਿਆ ਹਸਪਤਾਲ, ਹੋਸਪਿਟਲ ਕਰਾਇਆ ਦਾਖਲ। ਉਹਦੇ ਅਜੇ ਅਸੀਂ ਮੱਥੇ ਨੀ ਲੱਗੇ, ਹੁਣ ਮੱਥੇ ਲੱਗਾਂਗੇ ਉਹਦੇ, ਉਹਨੂੰ ਪੁੱਛਾਂਗੇ ਵੀ ਕਿੱਥੋਂ ਲਿਆ ਤੁਸੀਂ, ਕੀ ਗੱਲ ਆ, ਕਿਤਨਾ ਬਾਅਦ ਕੀ। ਹਾਂਜੀ, ਨਹੀਂ ਪਹਿਲਾਂ ਤੇ ਸਗੋਂ ਇਹ ਠੀਕ ਸੀਗੇ, ਇਹਨਾਂ ਦਾ ਕੋਈ ਨਸ਼ੇ ਪੱਤੇ ਵਾਲੀ ਗੱਲ ਹੀ ਨਹੀਂ। ਕੱਲ ਹੀ ਇਹਨਾਂ ਪਤਾ ਨੀ ਕਿੱਥੋਂ ਲਿਆ ਤੇ ਕਿੱਥੋਂ ਨਹੀਂ ਲਿਆ, ਤੇ ਦੋ ਸ਼ਾਮੀ ਇਹਨਾਂ ਨੇ ਦੋਵਾਂ ਨੇ ਖਾਧਾ ਤੇ ਆਹ ਗੱਲ ਹੋ ਗਈ। ਪਹਿਲਾਂ ਨਸ਼ੇ ਬਹੁਤ ਮੌਤਾਂ ਹੋਈਆਂ ਸਾਡੇ ਪਿੰਡ ਜੀ, ਆਹ 3-4 ਤੇ ਹੋਣੀ ਹੋ ਗਈਆਂ ਵਾ, 15-20 ਦਿਨ ਪਹਿਲਾਂ ਹੀ। ਹਾਂਜੀ, ਨਸ਼ੇ ਦੇ ਨਾਲ ਹੀ ਆਮ ਹੀ ਮਿਲ ਜਾਂਦਾ ਜੀ, ਇੱਥੋਂ ਮਰਜ਼ੀ ਲੈ ਲੈਂਦੇ ਆ। ਕੁੱਖ ਨਹੀਂ ਕਰ ਰਹੀ ਜੀ। ਉਦਣ ਇੱਥੇ DGP ਆਇਆ ਵਾ, SSP ਆਇਆ, ਉਹਦੇ ਗਾੜੀ ਵੀ ਬਥੇਰਾ ਰੋਏ, ਦੁਨੀਆ ਬਹੁਤ ਰੋਈ ਆ ਵੀ ਇਹਦੇ ਤੇ ਕੋਈ ਨੱਥ ਪਾਓ ਤੇ ਕੋਈ, ਉਹ ਆਂਦੇ ਸਾਡੇ ਵੱਸ ਦੀ ਗੱਲ ਹੀ ਨਹੀਂ ਗੀ, ਉਹ ਗਾੜੀਆਂ ਆਉਂਦੇ ਸਾਡੇ ਵੱਸ ਦੀ ਗੱਲ ਹੀ ਨਹੀਂ ਗੀ। ਤੁਸੀਂ ਆਪਦੇ ਬੱਚਿਆਂ ਨੂੰ ਡੱਕੋ, ਹੁਣ ਬੱਚਿਆਂ ਨੂੰ ਦੱਸੋ ਕਿੱਥੋਂ ਡੱਕ ਕੇ ਅਸੀਂ ਹੁਣ ਬਾਹਰ ਚਲ ਜਾਂਦੇ ਜਦੋਂ, ਤੇ ਉਹਨਾਂ ਦੇ ਮਗਰ ਮਗਰ ਤੇ ਅਸੀਂ ਫਿਰਨੋ ਰਹੇ। ਹਾਂਜੀ ਹਾਂਜੀ, ਕਹਿਣਾ ਚਾਹੁੰਦਾ ਜੀ, ਸਾਰਾ ਪਤਾ ਨਸ਼ਾ ਪਤਾ ਪੁਲਿਸ ਨੂੰ ਪਤਾ ਨਸ਼ਾ ਕਿੱਥੋਂ ਆਉਂਦਾ, ਪਿੰਡ ਵਾਲਿਆਂ ਨੂੰ ਪਤਾ ਨਸ਼ਾ ਕਿੱਥੋਂ ਆਉਂਦਾ, ਤੇ ਸਿਰਫ ਕੋਈ ਕੰਟਰੋਲ ਨਹੀਂ ਗਾ, ਤੇ ਆਹ ਮੁਲਾਜ਼ਮ ਆਉਂਦੇ ਕਹਿ ਦਿੰਦੇ ਜੀ ਠੀਕ ਆ ਠੀਕ ਆ ਠੀਕ ਠੀਕ। ਸਰਦਾਰ ਜੀ, ਕਿਰਤਵਾਲ ਜਿਹੜਾ ਵਾਕਿਆ ਹੈ, ਕੀ ਇਹਦਾ ਨਾਮ ਕੀ ਹੈ, ਕੀ ਵਾਕਿਆ ਹੈ ਇਹਨਾਂ ਦਾ? ਇਹ ਜੀ, ਲੜਕੇ ਦੇ ਮ੍ਰਿਤਕ ਦੇ ਪਿਤਾ ਮਹਾਂਦੀਪ ਸਿੰਘ ਨੇ ਸਾਡੇ ਪਾਸ ਬਿਆਨ ਲਿਖਾਇਆ ਵਾ ਕਿ ਮੇਰਾ ਲੜਕਾ ਜਿਹੜਾ ਗਾ ਉਹ ਚੰਡੀਗੜ੍ਹ ਅਤੇ ਕੋਰਸ ਕਰਦਾ ਸੀਗਾ ਮਿਊਜ਼ਿਕ ਦਾ, ਅਤੇ ਕੱਲ੍ਹ ਹਫ਼ਤੇ ਦੀ ਛੁੱਟੀ ਆਇਆ ਸੀਗਾ, ਅਤੇ ਸ਼ਾਮਾਂ ਨੂੰ ਅਚਾਨਕ ਉਹਦੀ ਸਿਹਤ ਖਰਾਬ, ਰੋਟੀ ਪਾਣੀ ਖਾਧਾ ਸੀਗਾ, ਸ਼ਾਮਾਂ ਨੂੰ ਸਿਹਤ ਖਰਾਬ ਹੋ ਗਈ ਉਹਦੀ, ਅਤੇ ਪਿੰਡ ਜੋ ਡਾਕਟਰ ਤੋਂ ਮੁੱਢਲੀ ਸਹਾਇਤਾ ਲਈ ਮੁੜਕਰਾ ਨੂੰ ਸੰਧੂ ਹਸਪਤਾਲ ਦਾਖਲ ਕਰਾਇਆ ਸੀ, ਜਿੱਥੋਂ ਦੀ ਨਿਗਰਾਨੇ ਦਾ ਅੱਜ ਮੌਤ ਹੋ ਗਈ। ਬਾਕੀ ਕੁਛ ਝੁੱਟ ਦੀ ਕਾਰਵਾਈ ਕਰਾ ਕੇ ਅਤੇ ਪੋਸਟਮਾਰਟਮ ਕਰਾ ਰਹੇ ਹਾਂ, ਜੋ ਗੱਲ ਸਾਹਮਣੇ ਆਉਂਦੀ ਹੋ। ਅਤੇ ਜਿਹੜੀ ਨਸ਼ੇ ਦੀ ਫਾਹ ਉੱਡੀ, ਉਹ ਨਸ਼ੇ ਬਾਰੇ ਕੋਈ ਸਾਨੂੰ ਜਿੱਦਾਂ ਬਿਆਨ ਰੱਖਿਆ ਉਹਨਾਂ ਨੇ, ਲੜਕੇ ਦੇ ਮਾਤਾ ਪਿਤਾ ਨੇ, ਇਹਨਾਂ ਨੇ ਖੱਡਾ ਨਹੀਂ ਹੋਰ ਕੋਈ ਦਿਖਾਇਆ। ਅਤੇ ਜਿਹੜਾ ਦੂਸਰਾ ਲੜਕਾ ਸੀ ਨਾਲ ਲੈਂਦਾ, ਉਹ ਕੋਈ ਉਹਦੇ ਬਾਰੇ ਕੋਈ